ਬਹੁਤ ਵੱਡਾ ਇੱਕ ਯਾਚਿਕਾ ਵਿੱਚ ਤੁਸੀਂ ਪਟੀਸ਼ਨ ਪਾਈ ਹੈ ਕਿ ਜੀ ਸਾਈਨ ਫਰਜ਼ੀ ਨੇ, ਕੋਈ ਲੈਣਾ ਦੇਣਾ ਨਹੀਂ, ਇਹ ਕਿਵੇਂ? ਦੇਖੋ, ਇਸ ਪਟੀਸ਼ਨ ਦੇ ਵਿੱਚ 66 ਪੇਜਾਂ ਦੀ ਜਿਹੜੀਆਂ ਫਰੈਸ਼ ਡਿਟੈਂਸ਼ਨ ਗਰਾਊਂਡਸ ਨੇ ਜਿਹੜੀਆਂ 13 ਮਾਰਚ 2024 ਨੂੰ ਲੈ ਕੇ ਆਏ ਨੇ, ਉਹਦੇ ਵਿੱਚ ਅਸੀਂ ਸਪੈਸੀਫਿਕ ਕੋਰਟ ਨੂੰ ਕਲੀਅਰ ਕੀਤਾ ਹੈ ਕਿ ਜਿਹੜਾ ਅਨੈਕਸ਼ਰ ਪੀ 23 ਹੈ, ਜਿਹਦੇ ਵਿੱਚ ਇੱਕ ਚਿੱਠੀ ਡਿਬਰੂਗੜ੍ਹ ਤੋਂ ਆਉਂਦੀ ਹੈ ਜਿਹਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਦੇ ਮਰਡਰ ਨੂੰ ਲੈ ਕੇ ਚਿੱਠੀ ਲਿਖੀ ਜਾਂਦੀ ਹੈ, ਔਰ ਤੇ ਜਿਹੜੇ ਸਿਗਨੇਚਰਸ ਨੇ ਸਾਡੇ ਫੋਰਜ਼ ਰਹੇਗੇ ਨੇ। ਅਸੀਂ 4 ਪਲੀ ਜਿਹੜੀਆਂ ਨੇ ਬੈਂਚ ਅੱਗੇ ਲੈ ਕੇ ਆਏ ਹਾਂ। ਸੈਕਿੰਡ, ਅਸੀਂ ਕੋਰਟ ਨੂੰ ਬਰੀਫ ਕੀਤਾ ਹੈ ਕਿ ਜਿਹੜੀ ਸੈਟਿਸਫੈਕਸ਼ਨ ਹੁੰਦੀ ਹੈ, ਸਬਜੈਕਟਿਵ ਸੈਟਿਸਫੈਕਸ਼ਨ ਹੈ, ਉਹ ਡੀਐਮ ਲਈ ਮੈਂਡੇਟਰੀ ਹੁੰਦੀ ਹੈ। ਅਤੇ ਡੀਐਮ ਨੇ ਜਦੋਂ ਇਹ ਇਸ਼ੂ ਕਰਨੇ ਸੀ ਐਨਐਸਏ ਆਰਡਰਸ, ਉਹਨੇ ਸਬਜੈਕਟਿਵ ਸੈਟਿਸਫੈਕਸ਼ਨ ਨਹੀਂ ਕੀਤੀ। ਅਸੀਂ ਇੱਕ ਤਾਂ ਉਹਨੂੰ ਸਿਗਨੇਚਰਸ ਦਾ ਕਿਹਾ ਜਿਹਦੀ ਉਹਨਾਂ ਨੇ ਹੈਂਡ ਰਾਈਟਿੰਗ ਐਕਸਪਰਟ ਕੋਲ ਰਿਪੋਰਟ ਨਹੀਂ ਲਈ। ਦੂਸਰਾ ਇਹ ਸੀ ਕਿ ਐਨਐਸਏ ਰੇਅਰੈਸਟ ਟੂ ਰੇਅਰੈਸਟ ਕੇਸਿਸ ਐਕਸਰਸਾਈਜ਼ ਹੁੰਦਾ ਹੈ। ਐਨਐਸਏ ਆਰਡਰ ਜਦੋਂ ਲਾਇਆ, ਡਿਟੈਂਸ਼ਨ ਆਰਡਰ, ਤੁਹਾਡੇ ਕੋਲ ਕਾਪੀ ਤਾਂ ਆਈ ਹੋਣੀ? ਹਾਂਜੀ, ਉਸ ਉਹਦੇ ਵਿੱਚ ਲਿਖਿਆ ਕੀ ਹੈ ਐਗਜ਼ੈਕਟ? ਉਹਦੇ ਵਿੱਚ 66 ਦੇ ਕਰੀਬ ਪੇਜਸ ਨੇ ਜਿਹਦੇ ਵਿੱਚ ਡਿਫਰੈਂਟ ਐਨੈਕਸ਼ਰਸ ਨੇ। ਸਾਡੇ ਖਿਲਾਫ ਇੱਕ ਹੀ ਚੀਜ਼ ਹੈ ਕਿ ਅਸੀਂ ਜਿਹੜਾ ਅਨੈਕਸ਼ਰ 23 ਨੰਬਰ ਅਨੈਕਸ਼ਰ ਹੈ, ਉਹਦੇ ਵਿੱਚ ਅਸੀਂ ਸਿਗਨੇਚਰਸ ਕੀਤੇ ਨੇ ਨਿੱਜਰ ਸਾਹਿਬ ਵਾਲੀ ਚਿੱਠੀ ਤੇ, ਅਸੀਂ ਕਿਹਾ ਕਿ ਉਹ ਸਾਡੀ ਨਹੀਂ ਹੈ। ਦੂਸਰੀ ਸਾਡੀ ਗਰਾਊਂਡ ਹੈ ਕਿ ਰੇਅਰੈਸਟ ਟੂ ਰੇਅਰੈਸਟ ਕੇਸਿਸ ਐਨਐਸਏ ਲੱਗਦੀ ਹੈ, ਸੁਪਰੀਮ ਕੋਰਟ ਕਹਿੰਦੀ ਹੈ ਕਿ ਆਰਡਨਰੀ ਕੋਰਸ ਆਫ ਲਾਅ ਅਪਲਾਈ ਹੋਣਾ ਚਾਹੀਦਾ ਹੈ। ਜਦੋਂ ਅੰਮ੍ਰਿਤਪਾਲ ਦੇ ਖਿਲਾਫ 4 ਐਫਆਈਆਰ ਦਰਜ ਸੀ ਆਲਰੇਡੀ ਦਿਸ ਇੰਸੀਡੈਂਟ, ਉਹਦੇ ਵਿੱਚ 3 ਤਾਂ ਡੀਐਮ ਅੰਮ੍ਰਿਤਸਰ ਦੇ ਜੁਰਿਸਡਿਕਸ਼ਨ ਸੀ, ਉਹਦੀ ਅਰੈਸਟ ਕਿਉਂ ਨਹੀਂ ਕੀਤੀ, ਇਹ ਵੀ ਇਹਨਾਂ ਨੇ ਬਰੀਫ ਨਹੀਂ ਕੀਤਾ। ਥਰਡ ਵਨ, ਸਿੰਸ ਲਾਸਟ ਮਾਰਚ ਤੋਂ ਮੀਡੀਆ ਇੱਕ ਹੀ ਗੱਲ ਪ੍ਰੋਪੋਗੇਟ ਕਰ ਰਿਹਾ ਹੈ ਕਿ ਵਾਰਸ ਪੰਜਾਬ ਦਾ ਮੁਖੀ ਮੁੱਖ ਸੇਵਾਦਾਰ, ਜਿੰਨੀਆਂ ਡਿਟੈਂਸ਼ਨ ਗਰਾਊਂਡਸ ਲੈ ਕੇ ਆਏ ਨੇ ਹਰ ਜਗ੍ਹਾ ਲਿਖਿਆ ਕਿ ਵਾਰਸ ਪੰਜਾਬ ਦੇ ਮੁਖੀ ਨੇ ਇੱਥੇ ਇਹ ਸਪੀਚ ਕੀਤੀ ਹੈ, ਇੱਥੇ ਇਹ ਓਬਜੈਕਸ਼ਨੇਬਲ ਕਹਿ ਦਿੱਤਾ ਹੈ। ਵਾਰਸ ਪੰਜਾਬ ਇੱਕ ਰਜਿਸਟਰਡ ਆਰਗਨਾਈਜੇਸ਼ਨ ਹੈ, ਸੁਸਾਇਟੀ ਹੈ, ਜਿਹੜੀ ਰਜਿਸਟਰਡ ਸੁਸਾਇਟੀ ਹੁੰਦੀ ਤਾਂ ਇੱਕ ਪ੍ਰੋਸੀਜਰ ਹੁੰਦਾ ਕਿ ਜਦੋਂ ਕੋਈ ਬੰਦਾ ਨਵਾਂ ਲੈਣਾ ਉਹਦੇ ਲਈ ਵੀ ਰੈਜੂਲੇਸ਼ਨ ਹੁੰਦਾ, ਜੇ ਕਿਸੇ ਨੂੰ ਕੱਢਣਾ ਤਾਂ ਫਿਰ ਵੀ ਰੈਜੂਲੇਸ਼ਨ ਹੁੰਦਾ। ਜਦੋਂ ਤੁਸੀਂ ਨਵਾਂ ਪ੍ਰਧਾਨ ਚੁਣਦੇ ਹੋ ਤਾਂ ਫਿਰ ਇੱਕ ਪਰਫੋਰਮਾ ਹੁੰਦਾ, ਉਹਦੇ ਵਿੱਚ ਸਾਰਿਆਂ ਦੇ ਸੈਕਟਰੀ, ਪ੍ਰਧਾਨ, ਟ੍ਰੈਜਰਰ ਅਤੇ ਗਵਰਨਿੰਗ ਬਾਡੀ ਦੇ ਸਿਗਨੇਚਰਸ ਹੁੰਦੇ ਨੇ। ਪੰਜਾਬ ਸਰਕਾਰ ਨੇ ਅੱਜ ਤੱਕ ਇੱਕ ਵੀ ਉਹ ਸੁਸਾਇਟੀ ਦਾ ਰੈਜੂਲੇਸ਼ਨ ਨਹੀਂ ਲੈ ਕੇ ਆਈ ਜਿਹਦੇ ਵਿੱਚ ਲਿਖਿਆ ਹੋਏ ਕਿ ਅੰਮ੍ਰਿਤਪਾਲ ਨੂੰ ਪ੍ਰਧਾਨ ਚੁਣਿਆ ਗਿਆ। ਸੋ ਸਿਚੁਏਸ਼ਨ ਬੜੀ ਔਕਵਰਡ ਹੈ। ਹੁਣ ਇਹਨਾਂ 'ਚੋਂ ਦਸਾਂ 'ਚੋਂ ਇੱਕ ਕਹਿੰਦਾ ਮੈਂ ਪ੍ਰਧਾਨ ਮੰਤਰੀ ਹਾਂ, ਅਤੇ ਪੰਜਾਬ ਸਰਕਾਰ ਉਹਨੂੰ ਮੋਦੀ ਦੀ ਸੀਟ 'ਤੇ ਬਿਠਾ ਸਕਦੀ ਹੈ? ਸੇਮ ਸਿਚੁਏਸ਼ਨ ਇੱਥੇ ਹੈਗੀ ਹੈ ਕਿ ਤੁਸੀਂ ਇਹ ਕਹਿ ਰਹੇ ਹੋ ਕਿ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਯਾਰ ਅੰਮ੍ਰਿਤਪਾਲ ਨਹੀਂ ਹੈ, ਰਿਕਾਰਡ ਲੈ ਕੇ ਆਉਣ, ਕਿੱਥੇ ਹੈਗਾ, ਕਿਹੜਾ ਰੈਜੂਲੇਸ਼ਨ ਹੈ ਜਿਹਦੇ ਰਾਹੀਂ ਬਣਿਆ ਪੰਜਾਬ ਗਵਰਨਮੈਂਟ ਨੇ? ਇਸ ਤੇ ਕੋਈ ਕੌਣ ਹੈ ਵਾਰਿਸ ਪੰਜਾਬ ਦਾ? ਜਿਹੜੀ ਵਾਰਿਸ ਪੰਜਾਬ ਦੀ ਜਥੇਬੰਦੀ ਹੈ ਉਹਦਾ ਪਹਿਲਾਂ ਪ੍ਰੈਜੀਡੈਂਟ ਹਰਨੇਕ ਸਿੰਘ ਫੌਜੀ ਸੀ, ਹੁਣ ਉਸ ਤੋਂ ਬਾਅਦ ਨਾ ਤੇ ਇਹਨਾਂ ਨੇ ਕੋਈ ਰੈਜੂਲੇਸ਼ਨ ਲਿਆਂਦਾ ਕਿ ਫੌਜੀ ਨੂੰ ਕਿਵੇਂ ਲਾਇਆ, ਕਿਵੇਂ ਬਦਲਿਆ, ਉਹਦੀ ਜਗ੍ਹਾ ਕਿਹੜਾ ਲਾਇਆ। ਸਰਕਾਰ ਨੇ ਕੋਈ ਰਿਕਾਰਡ ਪ੍ਰੋਡਿਊਸ ਨਹੀਂ ਕੀਤਾ ਹੈਗਾ। ਗੁਰੀ ਔਜਲਾ ਦੇ ਕਹਿਣਾ ਕਿ ਉਹਨਾਂ ਦਾ ਜਥੇਬੰਦੀ ਨਾਲ ਕੋਈ ਲੈਣਾ ਦੇਣਾ ਨਹੀਂ? ਗੌਰਵ ਔਜਲਾ ਇੱਕ NRI ਸੀ, ਉਹ ਦੀਪ ਸਿੱਧੂ ਦੀ ਥੌਟ ਨਾਲ ਜੁੜਿਆ ਸੀ ਉਦੋਂ। ਸੋ ਅੱਜ ਦੀ ਡੇਟ ਵਿੱਚ ਉਹਦਾ ਜਥੇਬੰਦੀ ਦਾ ਤਾਂ ਕਦੇ ਪਾਰਟ ਹੀ ਨਹੀਂ ਸੀ। ਉਹੀ ਅਸੀਂ ਕਹਿ ਰਹੇ ਹਾਂ ਇਸ ਕੇਸ ਦੇ ਵਿੱਚ ਪੱਪਲਪ੍ਰੀਤ ਸਿੰਘ ਨੇ ਵੀ ਕਿਹਾ ਕਿ ਮੈਂ ਫ੍ਰੀਲਾਂਸਰ ਜਰਨਲਿਸਟ ਸੀ, ਮੇਰਾ ਇਹਨਾਂ ਨਾਲ ਕੋਈ ਸੰਬੰਧ ਨਹੀਂ। ਦਲਜੀਤ ਕਲਸੀ ਨੇ ਆਪਦੀ ਪਟੀਸ਼ਨ 'ਚ ਔਨ ਰਿਕਾਰਡ ਕਹਿਤਾ ਹੈ ਕਿ ਮੈਂ ਇਹਨਾਂ ਦਾ ਮੈਂਬਰ ਨਹੀਂ ਹੈਗਾ। ਅਤੇ ਜਦੋਂ ਇਸ ਕਿਸਮ ਦੇ ਇਸ਼ੂਜ਼ ਆ ਗਏ ਨੇ, ਹੁਣ ਪੰਜਾਬ ਇਹ ਹੁਣ ਕਹਿ ਰਹੇ ਨੇ, ਜਦੋਂ ਨਾਲ ਨਾਲ ਸੀਗੇ, ਨਾਲ ਨਾਲ ਘੁੰਮਦੇ ਸੀ, ਸਪੀਚਾਂ ਦਿੰਦੇ ਸੀ, ਉਸ ਟਾਈਮ ਦਲਜੀਤ ਕਲਸੀ ਹੋਣੀ ਤੇ ਪੱਪਲਪ੍ਰੀਤ ਨਾਲ ਘੁੰਮਦਾ ਸੀ। ਦੇਖੋ, ਸਾਡਾ ਕੰਸਰਨ ਗੌਰਵ ਔਜਲੇ ਤੱਕ ਹੈ ਇਸ ਕੇਸ ਵਿੱਚ। ਗੌਰਵ ਔਜਲੇ ਦੀ ਨਾ ਤਾਂ ਕੋਈ ਸਪੀਚ ਹੈ, ਨਾ ਹੀ ਉਹ ਕਿਤੇ ਫਿਰਿਆ, ਨਾ ਹੀ ਉਹਨੇ ਕਦੇ ਕਿਹਾ ਕਿ ਮੈਂ ਇਹਨਾਂ ਦਾ ਮੈਂਬਰ ਹੈ।
ਹੁਣ ਉਸ ਚੀਜ਼ ਨੂੰ ਐਡਵਰਸ ਪ੍ਰੂਵ ਕਰਨ ਲਈ ਸਰਕਾਰ ਕੋਈ ਲੈ ਕੇ ਆਏ ਨਾ ਕਿ ਜੇ ਉਹ ਦੱਸੇ ਕਿ ਇਹ ਵਰਸ ਪੰਜਾਬ ਦਾ ਮੈਂਬਰ ਹੈਗਾ, ਕਿਹੜਾ ਰੈਜੂਲੇਸ਼ਨ ਹੈ ਜਿਹਦੇ ਰਾਹੀਂ ਗੁਰ ਨੂੰ ਇਹਨਾਂ ਨੇ ਮੈਂਬਰ ਬਣਾਇਆ, ਕੋਈ ਨਹੀਂ ਹੈ। ਸੋ ਅਸੀਂ ਅੱਜ ਕੋਰਟ ਨੂੰ ਕਿਹਾ ਕਿ ਰਿਕਾਰਡ ਸਮਨ ਹੋਣਾ ਚਾਹੀਦਾ ਵਰਸ ਪੰਜਾਬ ਦਾ, ਸੁਸਾਇਟੀ ਦਾ, ਉਹਦੇ ਸਰਟੀਫਿਕੇਟ, ਉਹਦਾ ਰੈਜੂਲੇਸ਼ਨ ਸਾਰੇ ਆਉਣੇ ਚਾਹੀਦੇ ਨੇ। ਚੌਥੀ ਗੱਲ ਅਸੀਂ ਕਹੀ ਹੈ ਕਿ ਸਾਡਾ ਜਿਹੜਾ ਸੀ 23 ਜਨਵਰੀ 2024 ਨੂੰ ਪੰਜਾਬ ਦੇ ਚੀਫ ਸੈਕਟਰੀ ਨੂੰ, ਹੋਮ ਸੈਕਟਰੀ ਨੂੰ, ਡੀਜੀਪੀ ਨੂੰ ਲਿਖ ਦਿੱਤਾ ਸੀ ਕਿ ਸਾਡੀ ਜੇਲ੍ਹ ਸ਼ਿਫਟ ਕੀਤੀ ਜਾਏ ਡਿਬਰੂਗੜ੍ਹ। ਹਾਂ, ਸੋ ਜਿਹੜੇ ਆਲ ਇੰਸੀਡੈਂਟ ਜਿਹੜੇ ਗਰਾਊਂਡਸ ਆਫ ਡਿਟੈਂਸ਼ਨ ਨੇ ਉਹ ਸਾਰੀਆਂ ਫਰਵਰੀ ਤੋਂ ਬਾਅਦ ਦੀਆਂ ਨੇ, ਅਤੇ ਇਹ ਤਾਂ ਸਰਕਾਰ ਦੀ ਫਿਰ ਜ਼ਿੰਮੇਵਾਰੀ ਸੀ ਨਾ, ਸਾਡੀ ਜੇਲ੍ਹ ਸ਼ਿਫਟ ਕਰਨਾ ਸੀ, ਆਪ ਤਾਂ ਆ ਨਹੀਂ ਸੀ ਸਕਦੇ। ਨਹੀਂ, ਪਰ ਐਨਐਸਏ ਲੱਗਿਆ ਹੋਇਆ, ਚਲੋ ਡਿਟੈਂਸ਼ਨ ਬਾਅਦ 'ਚ ਆਇਆ, ਅਤੇ ਤੁਹਾਨੂੰ ਲੱਗਦਾ ਸੀ ਜੇਲ੍ਹ ਸ਼ਿਫਟ ਹੋ ਸਕਦੀ ਸੀ, ਨਹੀਂ ਹੋ ਸਕਦੀ? ਬਿਲਕੁਲ ਹੋ ਸਕਦੀ ਹੈ, ਜਦੋਂ ਮੈਂ ਕਹਿਣਾ ਚਾਹੁੰਦਾ ਕਿ ਮੈਂ ਉੱਥੇ ਨਹੀਂ ਰਹਿਣਾ ਚਾਹੁੰਦਾ, ਮੈਨੂੰ ਦੂਰ ਰੱਖਿਆ ਜਾਏ। ਹੁਣ ਉੱਥੇ ਜਿਹੜੀ ਕੁਛ ਰਿਕਵਰੀਜ਼ ਹੋਈਆਂ ਨੇ ਉਹਦਾ ਵੀ ਅਸੀਂ ਪਾਰਟ ਨਹੀਂ ਹੈਗੇ, ਅਤੇ ਜੋ ਜਦੋਂ ਤੁਸੀਂ ਸਾਨੂੰ ਉਹਨਾਂ ਨਾਲ ਕਨੈਕਟ ਕਰੋਗੇ, ਫਿਰ ਅਸੀਂ ਇਹੀ ਕਹਾਂਗੇ ਨਾ, ਕਨੈਕਟ ਕਰਨ ਦੀ ਬਜਾਏ ਸਾਡੀ ਜੇਲ੍ਹ ਸ਼ਿਫਟ ਕਰ ਦਿਓ। ਅਤੇ ਜਿਹੜਾ ਤੁਸੀਂ ਫਰਜ਼ੀ ਸਾਈਨ ਦੀ ਗੱਲ ਕੀਤੀ, ਫਿਰ ਉਹ ਸਾਈਨ ਕਿਹਨੇ ਕੀਤੇ? ਕਿਉਂਕਿ 9-10 ਬੰਦੇ ਜੇਲ੍ਹ 'ਚ ਉੱਥੇ। ਇਹ ਤਾਂ ਡਿਸਟ੍ਰਿਕਟ ਮੈਜਿਸਟ੍ਰੇਟ ਦੇ ਸਕਦਾ ਹੈ ਕਿ ਉਹਨੇ ਇਹ ਚਿੱਠੀ ਕਿੱਥੋਂ ਲਈ ਹੈ, ਇਹ ਸਿਗਨੇਚਰਸ ਕਿੱਥੋਂ ਲਈ ਹੈ। ਇਹ ਤਾਂ ਪੰਜਾਬ ਸਰਕਾਰ ਦੀ ਡਿਊਟੀ ਹੈ। ਅਸੀਂ ਹੁਣ ਰਿਟਨ ਕੰਪਲੇਂਟ ਵੀ ਡੀ ਐਮ ਨੂੰ ਮੂਵ ਕਰਾਂਗੇ ਕਿ ਇਹਦੀ ਵੈਰੀਫਿਕੇਸ਼ਨ ਕਰਾ, ਅਤੇ ਜਿਹੜੇ ਬੰਦਿਆਂ ਨੇ ਸਿਗਨੇਚਰਸ ਕੀਤੇ ਨੇ ਉਹਨਾਂ ਨੂੰ ਅਰੈਸਟ ਹੋਣਾ ਚਾਹੀਦਾ। ਇਹ ਤਾਂ ਗੁਰੀ ਨੇ ਤੁਹਾਨੂੰ ਕਿਹਾ ਵੀ ਮੇਰੇ ਸਾਈਨ ਨਹੀਂ ਨੇ? ਹਾਂ, ਉਹਨੇ ਬਹੁਤ ਕਲੀਅਰ ਕਿਹਾ ਕਿ ਮੇਰੇ ਸਿਗਨੇਚਰਸ ਨਹੀਂ। ਹੁਣ ਜਦੋਂ ਪੰਜਾਬ ਸਰਕਾਰ ਨੇ ਡਿਟੈਂਸ਼ਨ ਗਰਾਊਂਡਸ ਨੂੰ ਬੇਸ ਬਣਾ ਲਿਆ, ਹੁਣ ਅਸੀਂ ਕੋਰਟ ਨੂੰ ਕਹਿ ਰਹੇ ਹਾਂ ਕਿ ਇਹਦੀ ਐਫ ਐਸ ਐਲ ਜਾਂਚ ਵੀ ਕਰੋ, ਤੁਹਾਡੇ ਕੋਲ ਇਹ ਚਿੱਠੀ ਆਈ ਕਿੱਥੋਂ ਹੈ, ਕਿਹੜੇ ਬੰਦੇ ਨੇ ਲਿਖੀ ਹੈ, ਇਹ ਤਾਂ ਗੌਰਮੈਂਟ ਹੀ ਡਿਸਾਈਡ ਕਰ ਸਕਦੀ ਹੈ। ਇਹਦੇ ਵਿੱਚ ਪਾਰਟੀ ਹੁਣ ਪੰਜਾਬ ਅਤੇ ਸੈਂਟਰ ਹੈ, ਅਤੇ 3 ਤਰੀਕ ਨੂੰ ਸੁਣਵਾਈ ਹੋਣੀ ਹੈ, ਜਵਾਬ ਦੇਣਾ ਸੈਂਟਰ ਅਤੇ ਪੰਜਾਬ। ਬਿਲਕੁਲ, ਉਹ 'ਚ ਜੇਲ੍ਹ ਵੀ ਇਨਵੋਲਵ ਹੈ। ਜਦੋਂ ਵੀ ਕੋਈ ਚੀਜ਼ ਜੇਲ੍ਹ 'ਚੋਂ ਬਾਹਰ ਆਉਂਦੀ ਹੈ, ਉਹ ਸੈਂਸਰ ਹੋ ਕੇ ਆਉਂਦੀ ਹੈ, ਜੇਲ੍ਹ 'ਚ ਐਂਟਰੀ ਪੈਂਦੀ ਹੈ, ਜੇਲ੍ਹ ਵਾਲੇ ਵੀ ਦੱਸਣ ਕਿ ਇਹ ਚਿੱਠੀ ਉਹਨਾਂ ਨੇ ਕਿਹਦੇ ਜ਼ਰੀਏ ਕੱਢੀ ਹੈ। ਸੋ ਅਸੀਂ ਤਿੰਨਾਂ ਨੂੰ ਹੀ ਇਹ ਸਵਾਲ ਕੀਤਾ ਹੈਗਾ। ਹਾਂਜੀ, ਬਹੁਤ ਬਹੁਤ ਸ਼ੁਕਰੀਆ। ਤਾਂ ਇਹ ਸੀਗੇ ਸਿਮਰਨਜੀਤ ਸਿੰਘ ਗੁਰੀ ਔਜਲਾ ਦੇ ਵਕੀਲ। ਗੁਰੀ ਔਜਲਾ ਨੇ ਸਾਫ਼ ਕਿ ਆਪਣੀ ਪਟੀਸ਼ਨ ਵਿੱਚ ਕਿ ਜਿਹੜਾ ਲੈਟਰ ਜੇਲ੍ਹ ਤੋਂ ਡੀਐਮ ਕੋਲ ਪਹੁੰਚਿਆ ਉਹਦੇ ਵਿੱਚ ਉਹਦੇ ਸਾਈਨ ਫਰਜ਼ੀ ਹੈ, ਇਹਦੀ ਜਾਂਚ ਕਰਾਈ ਜਾਵੇ, ਔਰ ਉਹਦਾ ਵਾਰਿਸ ਪੰਜਾਬ ਜਿਹੜਾ ਜਥੇਬੰਦੀ ਨਾਲ ਕੋਈ ਲੈਣਾ ਦੇਣਾ ਨਹੀਂ। ਕਿਤੇ ਨਾ ਕਿਤੇ ਹੁਣ ਅੰਮ੍ਰਿਤਪਾਲ ਦੇ ਉਹਨੇ ਸਾਥੀਆਂ ਵੀ ਅਲੱਗ ਅਲੱਗ ਆਪਣੀ ਜਿਹੜੀ ਪਟੀਸ਼ਨ ਹੈ, ਰਾਏ ਜਿਹੜੀ ਹੈ ਉਹ ਰੱਖੀ ਹੈ। ਹੁਣ 3 ਅਕਤੂਬਰ ਨੂੰ ਇਸ ਮਾਮਲੇ ਦੀ ਸੁਣਵਾਈ ਹੋਏਗੀ, ਔਰ ਉਹਨਾਂ ਦੇ ਵਕੀਲ ਸਿਮਰਜੀਤ ਨੇ ਸਾਫ਼ ਕਿਹਾ ਕਿ ਫਰਜ਼ੀ ਸਿਗਨੇਚਰ ਕਿਵੇਂ ਹੋਏ, ਕਿਵੇਂ ਉਹ ਚਿੱਠੀ ਪਹੁੰਚੀ, ਇਹਦੀ ਵੀ ਜਾਂਚ ਕੀਤੀ ਜਾਵੇ, ਐਫ ਐਸ ਐਲ ਕੋਲੇ ਜਾਂਚ ਕਰਾਈ ਜਾਏ। ਵੀਡੀਓ ਜਰਨਲਿਸਟ ਸਨੀ ਸਿੱਧੂ ਦੇ ਨਾਲ ਉਮੇਸ਼ ਸ਼ਰਮਾ, ਨਿਊਜ਼ 18, ਚੰਡੀਗੜ੍ਹ।